ਅੰਮ੍ਰਿਤਸਰ ਪੁਲਿਸ ਦੁਆਰਾ ਮੋਟਰਸਾਈਕਲ ਤੇ ਲੁੱਟਖੋ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਦੇ ਹੋਏ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਦੋਸ਼ੀਆਂ ਨੇ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਦੇ ਏ ਬਲਾਕ ਵਿੱਚ ਕਈ ਲੁੱਟਾਂ ਖੋਹਾਂ ਨੂੰ ਅੰਜਾਮ ਦਿੱਤਾ। ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕਰਨ ਤੋਂ ਬਾਅਦ ਤਲਾਸ਼ੀ ਦੌਰਾਨ ਇਨ੍ਹਾਂ ਤੋਂ 1050 ਨਸ਼ੀਲੇ ਕੈਪਸੂਲ ਬਰਾਮਦ ਹੋਏ। ਸੀਪੀ ਸਾਹਿਬ ਦੇ ਜਿਹੜੇ ਦਿਸ਼ਾ ਨਿਰਦੇਸ਼ ਤਹਿਤ ਅਸੀਂ ਜਿਹੜੇ ਕ੍ਰਿਮੀਨਲਸ ਦੇ ਖਿਲਾਫ ਜਿਹੜੀ ਵਿਸ਼ੇਸ਼ ਮੁਹਿੰਮ ਚਲਾਈ ਹੋਈ ਆ, ਕੱਲ੍ਹ ਸਾਨੂੰ ਉਸ ਵੇਲੇ ਸਫਲਤਾ ਮਿਲੀ। ਅਸੀਂ ਦੋ ਜਿਹੜੇ ਨੌਜਵਾਨ ਉਹਨਾਂ ਨੂੰ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ, ਜਿਨ੍ਹਾਂ ਕੋਲੋਂ 1050 ਜਿਹੜੇ ਕੈਪਸੂਲ ਬਰਾਮਦ ਕੀਤੇ। ਅਤੇ ਦੌਰਾਨੇ ਪੁੱਛਗਿੱਛ ਜਿਹੜਾ ਪਤਾ ਲੱਗਿਆ ਕਿ ਇਹ ਮੁਲਜ਼ਮਾਂ ਨੇ 23 ਤਰੀਕ 4:30 ਵਜੇ ਦੇ ਕਰੀਬ ਏ ਬਲਾਕ ਦੇ ਰਣਜੀਤ ਐਵਨਿਊ ਦੇ ਵਿੱਚ ਇੱਕ ਲੇਡੀ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਸੀਗੀ। ਜਦੋਂ ਪਰਸ ਸਨੈਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੇਡੀ ਡਿੱਗੀ ਔਰ ਕਾਫੀ 60-70 ਫੁੱਟ ਤੱਕ ਉਹਨੂੰ ਜਿਹੜੇ ਘੜੀਸ ਦੇ ਲੈ ਗਏ ਔਰ ਉਹ ਕਾਫੀ ਜਿਹੜੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਇਸੇ ਤਹਿਤ ਸੀਪੀ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ ਸੀਗੇ ਕਿ ਜਿਹੜਾ ਰਣਜੀਤ ਐਵਨਿਊ ਖਾਸ ਕਰਕੇ ਸਾਡੇ ਜਿਹੜੀ ਸਪੈਸ਼ਲ ਜਿਹੜੀਆਂ ਟੀਮਾਂ ਅਸੀਂ ਲਗਾਈਆਂ ਸੀਗੀਆਂ, ਕੱਲ੍ਹ ਅਸੀਂ ਜਿਹੜਾ ਹੈਗਾ ਇਹਨਾਂ ਦੋਵਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ। ਇਹ ਪੁਤਲੀ ਘਰ ਦੇ ਰਹਿਣ ਵਾਲੇ ਆ ਅਤੇ ਇਹਨਾਂ ਤੋਂ ਅਸੀਂ ਜਿਹੜੀ ਫਰਦਰ ਜਿਹੜੀ ਹੋਰ ਜਿਹੜੀ ਪੁੱਛਗਿੱਛ ਜਿਹੜੀ ਹੈ ਕਰ ਰਹੇ ਹਾਂ। ਇੱਕ ਦਾ ਨਾਂ ਰਾਜਵੀਰ ਹੈ, ਇੱਕ ਦਾ ਨਾਂ ਅੰਮ੍ਰਿਤਪਾਲ ਆ। ਇੱਕ ਇਹਨਾਂ ਕੋਲ ਮੋਟਰਸਾਈਕਲ ਚੋਰੀ ਦਾ ਬਰਾਮਦ ਹੋਇਆ ਜਿਹੜਾ ਕਿ ਇਹਨਾਂ ਨੇ ਉਰੀ ਹੋਸਪਿਟਲ ਤੋਂ ਚੋਰੀ ਕੀਤਾ ਸੀ। 3 ਨਸ਼ੀਲੇ ਕੈਪਸੂਲ ਜਿਹੜੇ ਹੈਗੇ ਉਹ ਬਰਾਮਦ ਕੀਤੇ। 1050 ਜਿਹੜੇ ਅਸੀਂ ਨਸ਼ੀਲੇ ਕੈਪਸੂਲ ਬਰਾਮਦ, ਇਹ ਨਸ਼ੇ ਦੇ ਆਦੀ ਆ। ਇਹਨਾਂ ਨੇ ਨਸ਼ੇ ਦੀ ਹਾਲਤ ਦੇ ਵਿੱਚ ਜਿਹੜਾ ਇਹ ਅਟੈਂਪਟ ਕੀਤੀ ਸੀਗੀ, ਜਿਹਦੇ ਵਿੱਚ ਉਹ ਜਿਹੜੀ ਆ ਲੇਡੀ ਬੁਰੀ ਤਰ੍ਹਾਂ ਜਿਹੜੀ ਜ਼ਖਮੀ ਹੋ ਗਈ। ਇਹ ਇੱਕ ਕਾਲ ਸੈਂਟਰ 'ਚ ਲੱਗਿਆ ਅਤੇ ਇੱਕ ਜਿਹੜਾ ਹੈਗਾ ਉਹ ਕਦੇ ਕਦੇ ਜਿਹੜੀ ਟੈਕਸੀ ਚਲਾਉਂਦਾ ਹੈਗਾ। ਅੱਗੇ ਜਿਹੜੀ ਫਰਦਰ ਅਸੀਂ ਪੁੱਛਗਿੱਛ ਕਰ ਰਹੇ ਹੈਗੇ ਹਾਂ। ਦੇਖੋ ਜੋ ਵੀ ਅਸੀਂ ਉਹਦੇ 'ਚ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ, ਐਸੀ ਗੱਲ ਨਹੀਂ ਹੈਗੀ। ਅਸੀਂ ਸਪੈਸ਼ਲ ਜਿਹੜੀਆਂ ਟੀਮਾਂ ਲਾਈਆਂ ਸੀ ਔਰ ਅਸੀਂ ਜਿਹੜਾ ਹੈਗਾ ਅੱਜ ਉਹਨੂੰ ਗ੍ਰਿਫਤਾਰ ਕੀਤਾ ਹੈਗਾ। ਅੱਗੇ ਜਿਹੜੀ ਸਾਡੀ ਪਾਰਟ ਆਫ ਇਨਵੈਸਟੀਗੇਸ਼ਨ ਹੈ, ਜੋ ਵੀ ਇਨਵੈਸਟੀਗੇਸ਼ਨ ਦੌਰਾਨ ਆਊਗਾ ਉਸ ਤਰ੍ਹਾਂ ਦੀ ਜਿਹੜੀ ਕਾਰਵਾਈ।